ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਹਰਜਸ ਨੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਲੇਡੀਜ਼ ਕੋਟੀ ਵਾਸਤੇ, ਜੈਕਟ ਵਾਸਤੇ, ਸਕੀਵੀ ਵਾਸਤੇ ਇਹ ਕੁੰਡਲਾਂ ਵਾਲਾ ਇੱਕ ਡਿਜ਼ਾਇਨ ਲੈ ਕੇ ਆਈ ਹਾਂ। ਗੋਲ ਗੋਲ ਕੁੰਡਲਾਂ ਦੀ ਤਰ੍ਹਾਂ ਬਣਦਾ, ਅਤੇ ਜੇ ਕਰਕੇ ਤੁਹਾਨੂੰ ਇਹ ਡਿਜ਼ਾਇਨ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਜੀ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਬਹੁਤ ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਹੈ। ਆ ਵਿੱਚ 4 ਸਿਲਾਈਆਂ ਮੈਂ ਪਾ ਚੁੱਕੀ ਹਾਂ, ਜੋ ਕਿ 6 ਕੁੰਡੇ ਸਿੱਧੇ ਹੈ ਔਰ 2 ਪੁੱਠੇ ਹੈ। ਪੁੱਠੀ ਸਿਲਾਈ ਸਾਰੀ ਪੁੱਠੀ ਪੈਂਦੀ ਹੈ। ਹੁਣ ਮੈਂ ਡਿਜ਼ਾਇਨ ਬਣਾਉਣਾ ਸ਼ੁਰੂ ਕਰਦੀ ਹਾਂ। ਇਹਦੇ ਵਿੱਚ ਆ 2 ਕੁੰਡੇ ਸਿੱਧੇ ਬੁਣ ਲਏ, ਧਾਗਾ ਅੱਗੇ ਲਿਆਂਦਾ, 2 ਕੁੰਡੇ ਬਿਨਾਂ ਬੁਣੇ ਇਸ ਤਰ੍ਹਾਂ ਉਤਾਰ ਲਏ, ਧਾਗਾ ਪਿੱਛੇ, 2 ਕੁੰਡੇ ਫਿਰ ਸਿੱਧੇ, ਆ 2 ਕੁੰਡੇ ਪੁੱਠੇ। ਪੁੱਠੀ ਸਿਲਾਈ ਹੈ, ਬੁਣ ਵਾਲੇ ਕੁੰਡੇ ਸਾਰੇ ਪੁੱਠੇ ਹੀ ਬੁਣਨੇ ਹੈ। ਇਸ ਤਰ੍ਹਾਂ ਵਿਚਕਾਰਲੇ 6 ਕੁੰਡੇ ਸੀ ਜਿਹੜੇ, ਉਹਨਾਂ ਵਿੱਚੋਂ 2 ਕੁੰਡੇ ਬੁਣ ਲਏ ਸਾਈਡ ਵਾਲੇ, ਧਾਗਾ ਪਿੱਛੇ ਲਿਜਾ ਕੇ। ਬਿਨਾਂ ਬੁਣੇ ਜਿਹੜੇ ਕੁੰਡੇ ਉਤਾਰੇ ਸੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਬਿਨਾਂ ਬੁਣੇ ਉਤਾਰ ਲਿਆ, ਫਿਰ ਧਾਗਾ ਅੱਗੇ ਲਿਆ ਕੇ ਹੁਣ 6 ਕੁੰਡੇ ਪੁੱਠੇ ਬੁਣ ਲੈਣੇ। 1, 2, 3, 4, 5, 6 ਧਾਗਾ ਪਿੱਛੇ, ਦੋਨੋਂ ਕੁੰਡੇ ਉਤਾਰ ਕੇ ਫਿਰ ਇਸ ਤਰ੍ਹਾਂ ਫਿਰ ਬਾਕੀ ਕੁੰਡੇ 'ਚ ਪੁੱਠੇ ਮੁੰਡ ਲੈਣੇ। ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਇਹਨੂੰ ਸਿੱਧਾ ਬੁਣ ਲਿਆ, ਉਹ ਤੋਂ ਬਾਅਦ 2 ਕੁੰਡੇ ਹੋਰ ਸਿੱਧੇ ਬੁਣ ਲਏ, ਇਸ ਤਰ੍ਹਾਂ ਕੁੰਡਾ ਉਲਟਾ ਲਿਆ। ਤਰ੍ਹਾਂ ਤਿੰਨੇ ਦੋਨੋਂ ਕੁੰਡੇ ਉਲਟਾ ਲਏ, ਧਾਗਾ ਅੱਗੇ ਲਿਆ ਕੇ 2 ਕੁੰਡੇ ਪੁੱਠੇ, ਫਿਰ ਇਸੇ ਤਰ੍ਹਾਂ ਹੀ ਕੁੰਡੇ ਉਲਟਾ ਲੈਣੇ ਆ। ਅੱਗੋਂ 3 ਸਿਲਾਈਆਂ ਸਿੱਧਿਆਂ ਦੇ ਉੱਪਰ, ਪੁੱਠੇ ਪਾਸਿਓਂ ਸਾਰੀ ਪੁੱਠੀ ਔਰ ਸਿੱਧੇ ਪਾਸਿਓਂ ਸਾਰੀ 2 ਪੁੱਠੇ 6 ਸਿੱਧੇ, ਇਸ ਤਰ੍ਹਾਂ ਚੱਲਣਗੀਆਂ। ਇੱਕ ਵਾਰੀ ਪਾਉਂਦੀ ਹਾਂ ਇਸ ਤਰ੍ਹਾਂ,
ਸਿੱਧੇ ਪਾਸਿਓਂ ਦੋ ਪੁੱਠੇ ਛੇ ਸਿੱਧੇ ਇਸ ਤਰ੍ਹਾਂ ਇਕੱਠੇ ਹੀ ਇੱਕ ਦੋ ਤਿੰਨ ਚਾਰ ਪੰਜ ਛੇ पुठी चलाई सारी पुठी ਉਹਨੇ ਸਿਲਾਈ ਦੇ ਵਿੱਚ ਇਹ ਫਿਰ ਵਿਚਕਾਰਲੇ ਦੋ ਕੁੰਡੇ ਛੱਡ ਕੇ ਬਿਨਾਂ ਬੁਣੇ ਔਰ ਧਾਗਾ ਅੱਗੇ ਲਿਆ ਕੇ ਬੁਣਨਾ ਅਤੇ ਡਿਜ਼ਾਇਨ ਇਸ ਤਰ੍ਹਾਂ ਲੱਗਦਾ ਹੈਗਾ। ਅਤੇ ਜੇ ਕਰਕੇ ਤੁਹਾਨੂੰ ਇਹ ਡਿਜ਼ਾਇਨ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਔਰ ਪੁੱਠੇ ਪਾਸਿਓਂ ਜੇ ਥੋੜ੍ਹਾ ਧਿਆਨ ਰੱਖ ਕੇ ਬਣਾਉਣੇ ਹੋਣ ਤਾਂ ਪੁੱਠੇ ਪਾਸੇ ਤੋਂ ਪੁੱਠਿਆਂ ਦੇ ਉੱਪਰ ਪੁੱਠੇ ਸਿੱਧਿਆਂ ਦੇ ਉੱਪਰ ਸਿੱਧੇ ਅਤੇ ਉਹ ਇਸ ਤਰ੍ਹਾਂ ਇੰਨਾ ਕੁ ਫਰਕ ਰਹਿੰਦਾ ਹੈਗਾ। ਦੇਖੋ ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।